ਹੁਣ ਕੋਈ ਸੱਜਣ ਕਹਿ ਦਿੰਦੇ ਆ ਸਾਨੂੰ ਪੇਟ ਦੀ ਬੜੀ ਵੱਡੀ ਪ੍ਰੋਬਲਮ ਰਹਿੰਦੀ ਹੈ, ਸਾਨੂੰ ਖਾਦਾ ਪੀਤਾ ਪਚਦਾ ਨਹੀਂ, ਸਰੀਰ ਟੁੱਟਿਆ ਰਹਿੰਦਾ, ਲੱਤਾਂ ਬਾਹਾਂ ਸਾਡੀਆਂ ਜਿਹੜੀਆਂ ਝੜੀਆਂ ਪਈਆਂ ਨੇ, ਮੇਰਾ ਸਾਰਾ ਕੁਛ ਉਹਦਾ ਖਾਣੇ ਨਾਲ। ਮੈਂ ਕਹਾਂ ਵੀ 3 ਦਿਨਾਂ 'ਚ ਠੀਕ ਹੋ ਜਾਏਗਾ ਦਵਾਈ, ਉਹ ਪਹਿਲੀ ਗੱਲ ਤਾਂ ਉਹਨੇ ਮੰਨਣਾ ਹੀ ਨਹੀਂ ਗਾ। ਹਾਂ, ਪਰ ਤੇ ਜੇ ਉਹ ਮੰਨੇਗਾ ਹੀ ਨਹੀਂ ਤੇ ਉਹਦੀ ਬੋਡੀ ਉਸ ਚੀਜ਼ ਨੂੰ ਕਿਵੇਂ ਕਰੇਗੀ? ਬੋਡੀ ਉਹਨਾਂ ਦੀ ਕਿਸ ਤਰ੍ਹਾਂ? ਦਰਅਸਲ ਜਿਹੜਾ ਸਾਡਾ ਮੂਲ ਅਨਾਜ ਆ ਉਹ ਤਾਂ ਇਹੀ ਆ। हाँ, उन्हें उस वेले पहचान के जिहड़े साडे मूल अनाज ने साडे अंदर। नहीं देखो, खुद मैं एक गल डॉक्टर दे मूहों सुनी है, जिवें तुहाडे वर्गे वीर ने, वो कहिंदे कि साडी बॉडी हुण उस तरीके दे जिवें हुण धरती है, धरती दे विच आपां इन्ने कु खाद पाते भी हुण जे कणक दे झोने दे खाद पावांगे ते तुरदा ही नहीं, उह लग गया। ਸਾਡੀ ਬੋਡੀ ਵੀ ਕਿਤੇ ਐਸਾ ਤਾਂ ਨਹੀਂ ਇਹਨਾਂ ਚੀਜ਼ਾਂ 'ਤੇ ਹੁਣ ਲੱਗ ਜਾ ਚੁੱਕੀ ਹੈ? ਹੁਣ ਮੂਲ ਅਨਾਜ ਵਾਲੇ ਪਾਸੇ ਜਾਵਾਂਗੇ ਅਤੇ ਮੂਲ ਅਨਾਜ 'ਤੇ ਸਾਡੀ ਬੋਡੀ ਦਾ ਜਿਹੜਾ ਬੈਲੈਂਸ ਜਿਹਾ ਨਹੀਂ ਬਣੇਗਾ? ਨਹੀਂ ਜੀ, ਆਪਾਂ ਇੱਥੇ ਪ੍ਰੈਕਟੀਕਲੀ ਦੇਖਿਆ ਹੈਗਾ ਨਾ, ਜਾਂ ਤਾਂ ਹੋਵੇ ਨਾ, ਆਪਾਂ ਇਹ ਦੇਖਣਾ ਹੋਵੇ, ਆਪਾਂ ਤਾਂ ਦੇਖਿਆ ਜਿਨ੍ਹਾਂ ਨੂੰ ਵੀ ਦਿੱਤਾ ਹੈਗਾ ਉਹ ਸਾਰੇ ਕਹਿੰਦੇ ਜੀ, ਪਹਿਲਾਂ ਉਹਨਾਂ ਨੇ ਇਹ ਕਿਹਾ ਸੀ ਡਾਕਟਰ ਸਾਹਿਬ ਅਸੀਂ 3 ਮਹੀਨੇ ਖਾ ਲਾਂਗੇ, ਉਸ ਤੋਂ ਬਾਅਦ ਅਸੀਂ ਫਿਰ ਕਣਕ 'ਤੇ ਜਾ ਸਕਦੇ ਹਾਂ ਨਾ। ਮੈਂ ਕਿਹਾ ਤੁਸੀਂ ਪਹਿਲਾਂ 3 ਮਹੀਨੇ ਖਾਓ, ਫਿਰ ਆਪਾਂ ਕੋਈ ਗੱਲ ਨਹੀਂ ਉਸ ਵਿਸ਼ੇ 'ਤੇ ਗੱਲ ਬਾਅਦ 'ਚ 3 ਮਹੀਨਿਆਂ ਬਾਅਦ ਕਰਾਂਗੇ। ਅਤੇ ਕਣਕ ਨਾਲ ਅਜੇ ਵੀ ਤੇ ਹੈਗਾ, ਮਤਲਬ ਜਦੋਂ ਫਸਟ ਡੇ ਵਿਅਕਤੀ ਆਉਂਦਾ ਉਹਨੂੰ ਮੇਨ ਉਹਦੀ ਕੋਈ ਗੱਲ ਹੁੰਦੀ ਦਿਮਾਗ 'ਚ ਕਿ ਮੈਂ ਕਣਕ ਵੱਲ ਵਾਪਸ ਕਦੋਂ ਜਾਵਾਂਗਾ। ਮਤਲਬ ਉਹਨੇ ਦੇਖੋ ਨਾ, ਇਹ ਇੱਕ ਮਾਨਸਿਕਤਾ ਵਾ ਨਾ, ਸਾਈਕੋਲੋਜੀਕਲੀ ਆ ਨਾ, ਵੀ ਜਿਸ ਚੀਜ਼ ਨੇ ਤੈਨੂੰ ਬਿਮਾਰ ਕੀਤਾ ਉਹ ਕਿਉਂ ਖਾਣੀ ਆ? ਉਹ ਕਹਿੰਦਾ ਜਦੋਂ ਮੈਂ ਠੀਕ ਹੋ ਗਿਆ ਮੈਂ ਫਿਰ ਵਾਪਸ ਉੱਧਰ ਜਾ ਸਕਦਾ ਨਾ, ਫਿਰ ਬਿਮਾਰ। ਉਹ ਜਦੋਂ ਉਸਨੂੰ ਖਾਂਦੇ ਨੂੰ 21-22 ਦਿਨ ਹੋ ਜਾਂਦੇ ਆ ਅਤੇ ਉਹਨੂੰ ਫਿਰ ਕਹੀਦਾ ਵੀ ਹਾਂਜੀ ਕਿਵੇਂ ਹੋ? ਉਹ ਕਹਿੰਦਾ ਬਹੁਤ ਵਧੀਆ, ਮੈਂ ਤਾਂ ਆਪਣੇ ਬੱਚਿਆਂ ਨੂੰ ਵੀ ਸ਼ੁਰੂ ਕਰਾ ਦਿੱਤਾ ਡਾਕਟਰ ਸਾਹਿਬ। ਮੈਂ ਕਿਹਾ ਜੀ ਅੱਛਾ? ਕਹਿੰਦਾ ਡਾਕਟਰ ਸਾਹਿਬ ਜੀਵਨ ਭਰ ਇਹੋ ਹੀ ਖਾਵਾਂਗੇ। ਅਤੇ ਫਿਰ ਉਦੋਂ ਸਵਾਲ ਕਰੀਦਾ ਕਿ ਕਣਕ ਦਾ? ਕਹਿੰਦਾ ਨਹੀਂ ਜੀ, ਉਹਦੇ ਨਾਲੋਂ ਇਹ ਰੋਟੀ ਸਵਾਦ ਲੱਗ ਰਹੀ ਹੈ ਉਹਦੇ ਨਾਲੋਂ। ਮਤਲਬ ਗੱਲ ਤੀ ਆ ਨਾ ਕਿ ਤੁਹਾਨੂੰ ਦੱਸਿਆ 21 ਦਿਨ ਦੇ ਵਿੱਚ ਜਿਹੜਾ ਮਰਜ਼ੀ ਸਵਾਦ ਹਟਾ ਲਓ, ਜਿਹੜਾ ਮਰਜ਼ੀ ਪਕੜ ਲਓ, ਪੱਕ ਜਾਏਗਾ। ਜ਼ਬਾਨ ਮੰਗੇਗੀ ਉਹ ਜੋ ਤੁਸੀਂ ਖਾ ਰਹੇ ਹੋ, 21 ਦਿਨ ਤੋਂ ਬਾਅਦ ਉਹ ਹੀ ਮੰਗੇ ਜੋ ਤੁਸੀਂ ਖਾ ਰਹੇ ਹੋ। ਮਤਲਬ ਇਹ ਇੱਕ ਬਿਲਕੁਲ ਹੈਗੀ ਆ ਜੀ ਗੱਲ, ਪਰ ਪ੍ਰੋਬਲਮ ਇਹ ਆ ਨਾ ਹੁਣ ਪੰਜਾਬ ਦੇ ਵਿੱਚ ਚੀਜ਼ਾਂ ਮਿਲਦੀਆਂ ਨਹੀਂ ਪਈਆਂ। ਨਹੀਂ ਜੀ, ਉਹ ਅਸੀਂ ਉਪਲਬਧ ਕਰਾਵਾਂਗੇ। ਹਾਂ ਬਿਲਕੁਲ ਜੀ, ਹਰ 5 ਮਿਲਟਸ ਜਿਹੜੇ ਆ ਅਸੀਂ ਉਹ ਦਿੰਦੇ ਹੈਗੇ ਹਾਂ, ਅਤੇ ਉਹਨਾਂ ਦੇ ਆਟਾ ਵੀ ਦਿੰਦੇ ਹਾਂ। ਠੀਕ ਹੈ, ਮਤਲਬ ਮਿਲਟਸ ਨੂੰ 6 ਤੋਂ 8 ਘੰਟੇ ਭਿਉਣਾ, ਆਟੇ ਨੂੰ 6 ਤੋਂ 8 ਘੰਟੇ ਗੁੰਨ ਕੇ ਰੱਖਣਾ ਵਾ, ਜਾਂ ਉਹਨੂੰ ਪਹਿਲਾਂ ਹੀ ਵੀ ਚੀਜ਼ਾਂ ਤੁਹਾਡੇ ਕੋਲ ਮਿਲ ਜਾਂਦੀਆਂ, ਵੀ ਸਾਨੂੰ ਕੋਈ ਦਿੱਕਤ ਨਹੀਂ ਗੀ? ਨਹੀਂ ਜੀ, ਬਿਲਕੁਲ ਨਹੀਂ ਜੀ। ਠੀਕ ਹੈ, ਹਾਂਜੀ। ਪਰ ਜੇ ਅੱਜ ਇੱਕ ਬਿਮਾਰ ਬੰਦੇ ਨੂੰ ਮੈਂ ਕਹਿੰਦਾ ਵਾਂ ਕਿ ਤੁਸੀਂ ਦਵਾਈ ਛੱਡ ਕੇ ਆ ਭੋਜਨ ਖਾਣਾ ਸ਼ੁਰੂ ਕਰ ਦਿਓ, ਰੋਟੀ ਪਾਣੀ ਆਪਣਾ ਸਿਸਟਮ ਸੈੱਟ ਕਰ ਲਓ, ਉੱਠਣ ਬਹਿਣ ਦਾ ਦੇਖ ਲਓ, ਸਾਰਾ ਕੁਝ ਦੇਖ ਲਓ, ਪਹਿਲੀ ਗੱਲ ਸਾਡੇ ਲੋਕ ਇਸ ਪਾਸੇ ਮੰਨਦੇ ਵੀ ਨਹੀਂ ਨਾ। ਮੰਨਦੇ ਹੀ ਉਦੋਂ ਨੇ ਜਦੋਂ ਕੋਈ ਥੱਬਾ ਦਵਾਈਆਂ ਲਿਖ ਕੇ ਦਿੰਦਾ, 15 ਟੈਸਟ ਲਿਖ ਕੇ ਦਿੰਦਾ, ਸਾਨੂੰ ਵੀ ਸਵਾਦ ਉਦੋਂ ਹੀ ਆਉਂਦਾ ਨਾ ਜੀ। ਹੁਣ ਮੰਨ ਲਓ ਇੱਕ ਗੱਲ ਹੈ, ਇੱਕ ਪੇਸ਼ੈਂਟ ਬੈਲ ਕੀਤੀ ਆ ਗਿਆ, ਡਾਕਟਰ ਸਾਹਿਬ ਘਰੇ ਨੇ, ਮੰਨ ਲਓ ਤੁਹਾਡੇ ਵਾਈਫ ਨੇ ਕਿਹਾ ਤਾਂ ਹਾਂਜੀ ਡਾਕਟਰ ਸਾਹਿਬ ਘਰੇ ਨੇ, ਮੈਂ ਡਾਕਟਰ ਸਾਹਿਬ ਬੜੀ ਪ੍ਰੋਬਲਮ ਦੇ ਵਿੱਚ ਆ, ਮੈਨੂੰ ਤਾਂ ਖਾਧਾ ਪੀਤਾ ਕੁਛ ਨਹੀਂ ਬਚਦਾ ਜੀ, ਮੇਰਾ ਤਾਂ ਇਸ ਤਰ੍ਹਾਂ ਜੀ, ਮੇਰਾ ਤਾਂ ਦੱਸੋ ਜੀ, ਹੈ ਨਾ। ਅਤੇ ਜੇ ਤੁਸੀਂ ਕਹੋਗੇ ਹਾਂਜੀ ਮੈਂ ਤੁਹਾਨੂੰ ਕਹਿੰਦਾ ਜੀ ਤੁਸੀਂ ਆਪਣਾ ਖਾਣਾ ਪੀਣਾ, ਉਹ ਕਹਿੰਦੇ ਖਾਧਾ ਪੀਤਾ ਬਚਦਾ ਹੀ ਨਹੀਂ, ਖਾਣਾ ਪੀਣਾ ਕਾਹਦਾ? ਤੁਸੀਂ ਕਹਿੰਦੇ ਬਾਹਰ ਜਾ ਕੇ ਪਤਾ ਕੀ ਕਹਿਣਾ, ਇਹ ਕੋਈ ਡਾਕਟਰ ਥੋੜ੍ਹਾ ਸੀ, ਇੰਜ ਕਰਕੇ ਲੋਕ ਕਹਿੰਦੇ ਆ। ਅਤੇ ਜੇ ਕਿਸੇ ਕੋਲ ਗਏ ਉਹ ਕਹਿੰਦਾ ਜੀ ਹਾਂਜੀ ਤੁਸੀਂ ਇਸ ਤਰ੍ਹਾਂ ਕਰੋ, ਫਲਾਣੀ ਥਾਂ ਤੋਂ ਪਹਿਲਾਂ ਆਹ 18 ਟੈਸਟ ਕਰਾ ਕੇ ਲਿਆਓ, ਬਿਲਕੁਲ ਠੀਕ ਹੈ ਜੀ? ਹਾਂਜੀ, ਫਿਰ ਆਉਂਦੇ ਆ ਆਹ ਦਵਾਈਆਂ ਜਿਹੜੀਆਂ ਨਾ ਫਲਾਣੇ ਮੈਡੀਕਲ ਸਟੋਰ ਤੋਂ ਲੈ ਕੇ ਆਓ, ਕਿਉਂਕਿ ਤੁਹਾਨੂੰ ਪਤਾ ਆ ਤੁਸੀਂ ਡਾਕਟਰ ਹੋ। ਹੁਣ ਇੱਥੇ ਸਾਰੇ ਦਰਸ਼ਕ ਵੀ ਸੁਣਦੇ ਆ ਵੀ ਜੀ ਬਹੁਤ ਵੱਡਾ ਧੰਦਾ ਆ, ਆਖਣ ਨੂੰ ਸੀ ਵੀ ਡਾਕਟਰ ਦੂਜਾ ਰੱਬ ਹੁੰਦੇ, ਮੈਂ ਤਾਂ ਨਹੀਂ ਕਹਿੰਦਾ, ਮੈਂ ਤਾਂ ਰੱਬ ਦਾ ਸ਼ਰੀਕ ਬਣਾਈ ਨਹੀਂ ਕਿਸੇ ਨੂੰ ਸਕਦਾ, ਫਿਰ ਸਾਈ ਕਹਿ ਸਕਦੇ। ਹਾਂਜੀ, ਇਹ ਧਰਮ ਦੀ ਦੁਨੀਆ 'ਚ ਵੀ ਅਤੇ ਤੁਹਾਡੇ ਵਾਲੇ 'ਚ ਵੀ। ਹੁਣ ਉਸ ਤੋਂ ਬਾਅਦ ਜਦੋਂ ਉੱਥੇ ਨਾਲ ਡਾਕਟਰ ਦਾ ਕਮਿਸ਼ਨ ਹੁੰਦਾ, ਸਾਰਾ ਕੁਝ ਹੁੰਦਾ, ਦਵਾਈਆਂ ਵੀ ਉੱਥੋਂ ਆ ਗਈਆਂ ਆ, ਫਿਰ ਉਸ ਤੋਂ ਬਾਅਦ ਉਹ ਆਪਣੀ ਫੀਸ ਵੀ ਚੰਗੀ ਮੋਟੀ ਰੱਖਿਆ ਹੁੰਦਾ, ਬਾਹਰ ਨਿਕਲਦਾ ਕਹਿੰਦੇ ਹਾਂ, ਤਸੱਲੀ ਜੀ ਮਨ ਨੂੰ ਹੋ ਗਈ। ਇਸੇ ਪ੍ਰਕਾਰ ਧਰਮ ਦੀ ਦੁਨੀਆ ਦੇ ਵਿੱਚ ਹੈ, ਜੇ ਕਿਸੇ ਨੂੰ ਪ੍ਰਸ਼ਾਦੇ ਦੇ ਉੱਪਰ ਸੱਦਿਆ ਅਤੇ ਉਹ ਚੁੱਪ ਕਰਕੇ ਚਲਾ ਗਿਆ, ਜਾ ਕੇ ਆਪੇ ਟੈਪ ਤੋਂ ਹੱਥ ਧੋ ਲਏ ਅਤੇ ਪ੍ਰਸ਼ਾਦਾ ਛੱਕ ਕੇ ਅਰਦਾਸ ਕਰਕੇ ਤੁਰਨ ਲੱਗਾ ਨਾ, ਕਹਿੰਦੇ ਬਾਬਾ ਨਾ ਕੰਮਾਂ ਹੀ ਸੀ। ਅਤੇ ਜਿਹੜਾ ਆਉਂਦਾ ਹੱਥਾਂ ਵਾਲਾ ਤੌਲੀਆ ਵੱਖਰਾ, ਪੈਰਾਂ ਵਾਲਾ ਤੌਲੀਆ ਵੱਖਰਾ, ਮੇਰੀ ਸਬਜ਼ੀ 'ਚ ਪਿਆਜ਼ ਪਾਇਆ ਜੇ? ਹਾਂਜੀ ਪਾਇਆ ਜੀ, ਬਿਲਕੁਲ ਨਹੀਂ, ਦੁਬਾਰਾ ਤਿਆਰ ਕਰੋ ਜੀ, ਹੈਂ, ਸਾਰੇ ਟੱਬਰ ਨੂੰ ਕਮਲਿਆਂ ਜਿਹਾ ਕਰ ਦਿੰਦਾ ਹੈ ਨਾ। ਅਤੇ ਜਦੋਂ ਫਿਰ ਸ਼ਾਮ ਨੂੰ ਮੁੜ ਕੇ 10,000 ਦੀ ਦੱਤੀ ਲੈ ਕੇ ਗੱਡੀ 'ਚ ਬਹਿੰਦਾ ਨਾ, ਕਹਿੰਦੇ ਅੱਜ ਤਾਂ ਬਾਬਾ ਜੀ ਆਏ ਸੀ, ਸਵਾਦ ਹੀ ਹੈਗਾ। ਸਾਡੀ ਪ੍ਰੋਬਲਮ ਵੀ ਇੱਥੇ ਆ ਨਾ ਜੀ, ਮਾਨਸਿਕਤਾ ਉਵੇਂ, ਮਾਨਸਿਕਤਾ ਸਾਡੀ ਉਹੋ ਜਿਹੀ ਬਣ ਗਈ। ਬਿਲਕੁਲ, ਦਰਅਸਲ ਭਾਈ ਹਰਪ੍ਰੀਤ ਸਿੰਘ ਜੀ, ਜਿਹੜੀ ਡਾਕਟਰਸ ਬਾਰੇ ਕਈ ਜ਼ਿਆਦਾਤਰ ਡਾਕਟਰ ਡਾਕਟਰ ਨਹੀਂ ਗੇ, ਹੈਗੇ ਨੇ ਪਰ ਵਿਰਲੇ ਘੱਟ ਨੇ ਡਾਕਟਰ ਜਿਹੜੇ। ਡਾਕਟਰ ਰੱਬ ਦਾ ਰੂਪ ਜਾਂ ਰੱਬ ਦਾ ਦੂਸਰਾ ਨਾਮ ਆ, ਜੇ ਡਾਕਟਰ ਹੋਵੇ ਤਾਂ, ਕਸਾਈ ਦੀ ਨਹੀਂ ਮੈਂ ਗੱਲ ਕਰਦਾ। ਬਾਕੀ ਇਹ ਵੀ ਗੱਲ ਤੁਹਾਡੀ ਸਹੀ ਆ ਕਿ ਇੱਕ ਲਿਫਾਫਾ ਆਉਂਦਾ ਡਾਕਟਰਸ ਨੂੰ,
ਮਤਲਬ ਉਹ ਮਹੀਨੇ ਬਾਅਦ ਜੋ ਇਨਵੈਸਟੀਗੇਸ਼ਨ ਹੋਈਆਂ ਹੁੰਦੀਆਂ ਹਿਸਾਬ ਕਰਕੇ ਮਹੀਨੇ ਬਾਅਦ ਉਹ ਬੜੇ ਤੇ ਚੈਨਲਾਂ ਦੇ ਉੱਪਰ ਗੱਲਾਂ ਚੱਲ ਗਈਆਂ ਬਹੁਤ ਕੁਝ ਹੋ ਗਏ ਹੁਣ ਤੇ